ਜਿਹੜਾ ਪਠੋਰਾ ਤੋਂ 15000 ਦਾ ਇਸ ਟਾਈਮ ਲਈ ਸੇਣਾ 15000 ਉਸ ਤੇ ਖਰਚਾ ਤੂੰ ਕਰਨਾ ਗਣ ਕੇ ਅੱਛਾ ਅਗਰ 60000 ਦਾ ਨਾ ਵੀ ਕੇ ਮੈਂ ਦੇਸਾਂ ਅੱਛਾ ਹਾਂ ਬਿਸਮਿਲਲਾ ਰਹਿਮਨ ਰਹੀਮ ਅਸਲਾਮੁਅਲੈਕੁਮ ਨਾਜ਼ਰੀਨ ਮੈਂ ਹੂ ਰਾਣਾ ਐਡੀ ਔਰ ਆਪ ਦੇਖ ਰਹੇ ਮੇਰਾ YouTube ਚੈਨਲ ਦੋਸਤੋ ਹਮ ਆਏ ਹੋਏ ਸੇ ਇੱਕ ਦਿਹਾਤ ਮੇਂ ਯਾ ਪੰਜਾਬ ਸਾਈਡ ਪੇ ਨਾ ਜ਼ਿਲ੍ਹਾ ਵਿਹਾੜੀ ਤਹਿਸੀਲ ਬੁਰਿਆਲਾ ਚੋ ਸਭ ਨਾ ਕੀ ਆਪਣਾ ਬਸ਼ੀਰ ਅਹਿਮਦ ਕੋ ਕੀ ਹਾਲ ਹੈ ਭਾਈ ਠੀਕ ਹੋ ਖੈਰੀ ਤੇ ਖੈਰੀ ਆ ਤੇ ਸ਼ੁਕਰ ਹੈ ਅੱਲਾ ਦਾ ਤੁਸੀਂ ਸੁਣਾਓ الحمدللہ ਇਹ ਬੱਕਰੀਆਂ ਪਾਲ ਰਖੇ ਤੁਸੀਂ ਹਾਂਜੀ ਬੱਕਰੀਆਂ ਨੇ ਬੱਕਰੇ ਨੇ ਕੁਝ ਬੇਡਾਂ ਨੇ ਕਿੰਨਾ ਮਾਲ ਹੈ ਟੋਟਲ ਤੁਹਾਡੇ ਕੋਲ ਮਾਲ ਹੈਗਾ ਆਪਣੇ ਕੋਲ ਟੋਟਲ ਨਾਗ ਜਿਹੜੇ ਖੜੇ ਨੇ 130 ਨੇ ਅੱਛਾ ਮਾਸ਼ਾਅੱਲਾ ਇਹਨੂੰ ਮਤਲਬ ਹੈ ਕਿ ਤੁਸੀਂ ਇਹ ਤੁਹਾਡਾ ਕੰਮ ਇਹੀ ਹੈ ਕਿ ਜਾਨਵਰ ਪਾਲ ਕੇ ਫਿਰ ਉਹਨੂੰ ਚਰਾਉਂਦੇ ਹੋ ਹਾਂ ਹਾਂਜੀ ਇਹ ਹੀ ਕੰਮ ਹੈ ਆਪਣਾ ਕਿੰਨੇ ਅਰਸੇ ਤੋਂ ਕੰਮ ਕਰ ਰਹੇ ਹੋ ਕਾਮ ਤਕਰੀਬਨ ਸਾਡੇ ਪਿਓ ਦਾਦੇ ਕਰਦੇ ਨੇ ਤੇ ਅਸੀਂ ਇਹਨੇ ਚ ਜੰਮੇ ਆ ਤੇ ਇਹਨੇ ਜੀ ਹੁਣ ਵੱਡੇ ਅਸੀਂ ਵੀ ਹੋਏ ਕਾਲਿਆਂ ਅੱਛਾ ਹਾਂਜੀ ਤੇ ਆਪਣੇ ਕੋਲ ਕਿਹੜੀ نسل ਦੀਆਂ ਬੱਕਰੀਆਂ ਨੇ ਦਾਦਾ ਮੈਨੂੰ ਤਾਂ ਮੱਖੀਚੀ ਨਹੀਂ ਲੱਗ ਰਹੀਆਂ ਨੇ ਆਪਣੇ ਕੋਲ ਮੱਖੀਚੀ ਨੇ ਢੀਤਾਲ ਨੇ ਅੱਛਾ ਅੱਛਾ ਮੈਂ ਇਹ ਪੁੱਛਣਾ ਹੀ ਜਾ ਰਹੇ ਆ ਕਿ ਤੁਸੀਂ ਸਾਰੇ 130 ਜਾਨਵਰ ਪਾਲ ਰੱਖਿਆ ਹੈ ਇਹਨਾਂ ਨੂੰ ਮਾਲ ਨੂੰ ਤੁਸੀਂ ਘਰ ਜਾ ਕੇ ਕੋਈ ਪੱਠਾ ਵੀ ਪਾਉਂਦੇ ਹੋ ਜਾਂ ਸਿਰਫ ਚਰਾ ਕੇ ਹੀ ਆਪਣਾ ਕੰਮ ਚਲਾਉਂਦੇ ਹੋ ਨਹੀਂ ਜੀ ਪੱਠੇ ਪਾਣਿਆ ਜਿਹੜੇ 2 ਮਹੀਨੇ ਗੁਜ਼ਰੇ ਨੇ ਨਾ ਤੇ 1 ਮਹੀਨਾ ਰਹਿ ਗਿਆ ਹੈ ਇਹ 3 ਮਹੀਨੇ ਇਹਨਾਂ ਨੂੰ ਪੱਠੇ ਪਾਣੇ ਆ ਫਿਰ ਕੋਈ ਪੱਠੇ ਨਹੀਂ ਫਿਰ ਇਹਨਾਂ ਗੰਦਾ ਮਾਜ ਐਸੀ ਗੰਦਾਮ ਦੀ ਕਟਾਈ ਇਹਦੇ ਸਿੱਟੀ ਸੁੱਟੀ ਖਾਸਨ ਤੇ ਬਾਅਦ ਇਹ ਚ ਨਾ ਕਪਾਵਾ ਕਪੂਮਾ ਆ ਜਾਂ ਸੰ ਤੇ ਜੰਤਰ ਵਗੈਰਾ ਆ ਤੇ 3 ਮਹੀਨੇ ਨੂੰ ਪੱਠੇ ਪਾਣੇ ਪੈਂਦੇ ਨੇ ਅੱਛਾ ਉਹ ਵੀ ਅਸੀਂ ਵੀ ਪਾਏ ਨੇ 2 ਮਹੀਨੇ ਪਾ ਚੁੱਕੇ ਆ ਕੋ ਮਹੀਨਾ ਹੋਰ ਪਾਣੇ ਨੇ ਸਹੀ ਥੋੜਾ ਕੀ ਹਾਲ ਹੈ ਕਿ ਇੱਕ ਬੱਕਰੀ ਦਿਨ ਕਿੰਨਾ ਖਰਚਾ ਕਰਾ ਦਿੰਦੀ ਹੈ ਕਿੰਨਾ ਬੱਕਰੀ ਬੱਕਰਾ ਕਿੰਨਾ ਖਾ ਲੈਂਦੀ ਹੈ ਭਾਈ ਅਸੀਂ ਤਕਰੀਬਨ ਇਹਨਾਂ ਨੂੰ ਪੱਠੇ ਪਾਈਏ ਨਾ ਤੇ ਪੱਠਿਆਂ ਦੇ ਸਾਰੀਆਂ ਤੇ ਹਿਸਾਬ ਲਾਵੀਏ ਤਕਰੀਬਨ 10 ਤੋਂ 15 ਰੁਪਏ ਪੰਦੇ ਨੇ ਇੱਕ ਬੱਕਰੀ ਦੇ ਦਿਹਾੜੀ ਦੇ ਅਗਰ ਪੱਠੇ ਪਾ ਵੀਏ ਤਾਂ ਅਗਰ ਵੈਸੇ ਤੇ ਚਾਰ ਲਿਆ ਆ ਵੀਏ ਤਾਂ ਸਾਡੇ ਅਸੀਂ ਚਾਰ ਬੰਦੇ ਆ ਸਾਡੀ ਦਿਹਾੜੀ ਲਾ ਲਓ ਤਕਰੀਬਨ 1000 ਰੁਪਏ ਲਾ ਲਓ ਤੇ 150 130 पार ਹੋਵੇ ਤੇ ਕੈਲਕੂਲੇਟਰ ਮਾਰ ਲਓ ਅਗਰ ਪੱਠੇ ਪਾ ਵੀਏ ਤੇ ਫੇਰੀ ਅਸੀਂ ਕਿਤੋ ਹੈ ਕੈਲਕੂਲੇਟਰ 10 ਤੋਂ 15 ਰੁਪਏ ਇੱਕ ਬੱਕਰੀ ਨੂੰ ਆਮਦੇ ਨੇ ਭਾਈ ਇਹ 200 ਰੁਪਏ ਦਾ ਮਰਲਾ ਮਿਲਦਾ ਪਟਿਆ ਦਾ ਬਰਸ਼ੀਮ ਦਾ ਅਸੀਂ ਇਹਨਾਂ ਨੂੰ ਵਾੜ ਕੇ ਪਾਵੀਏ ਚਾਰ ਮਰਲੇ ਚਾਰ ਮਰਲੇ ਚਾਰ ਮਲੇ ਨੇ ਰਾਜ ਲੈ ਸਣ ਚਾਰ ਮਰਲਿਆਂ ਦੇ 8 ਥੱਬੇ ਬਣ ਸਣ ਚੰਗੇ ਤੋ ਇਹਨਾਂ ਨੂੰ ਪਾ ਦੇਵੀਏ ਨਾ ਤੇ ਰਾਜ ਲੈ ਸਣ ਤੇ ਚਾਰ ਮਲੇ ਨਾਲ 800 ਨੂੰ ਜ਼ਰਾ ਦੇ ਲੋ 130 ਭਾਰੂ ਤੇ ਤੁਹਾਡੇ ਆਦੀ ਨਿਕੈ ਲਊਸੀ ਬਸ 10 ਤੋਂ 15 ਰੁਪਏ ਨਿਕੈ ਲਊਸਣ ਦਿਹਾੜੀ ਦੇ ਸਹੀ ਸਹੀ ਹਾਂਜੀ ਸਹੀ ਹੈ ਅੱਛਾ ਇਹ ਨਾ ਤੁਹਾਨੂੰ ਪਤਾ ਹੋ ਜਾਏਗਾ ਕਿ ਅੱਜਕੱਲ ਬੱਕਰੀਆਂ ਦੀ ਨਾ ਫਾਰਮਿੰਗ ਦੀਆਂ ਝੋਟੀਆਂ ਦੀ ਤੇ ਬੱਚਿਆਂ ਦੀ ਤੇ ਕੱਟਿਆਂ ਦੀ ਫਾਰਮਿੰਗ ਕਰਦੇ ਨਾ ਅੱਜਕੱਲ ਇਹਨਾਂ ਦੀ ਬੱਕਰੀਆਂ ਦੀ ਵੀ ਫਾਰਮਿੰਗ ਕਰਦੇ ਆ ਤੇ ਬੱਕਰੀਆਂ ਦੀ ਫਾਰਮਿੰਗ ਵੀ ਕਰਦੇ ਆ ਉਹਨਾਂ ਨੂੰ ਖਵਾਉਂਦੇ ਆ ਖੁਸ਼ਕ ਕਾ ਹੇਜ ਨੂੰ ਹੇ ਕਹਿੰਦੇ ਆ ਹਾਂਜੀ ਹਾਂਜੀ ਤੇ ਤੁਸੀਂ ਤੁਸੀਂ ਵੀ ਕੁਝ ਇਹਨਾਂ ਨੂੰ ਹੇ ਖਵਾਉਂਦੇ ਹੋ ਕਾ ਜਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਪਾਲਦੇ ਕਿਵੇਂ ਉਹ ਤਰ ਅੱਛਾ ਕੋਈ ਨਹੀਂ ਅਸੀਂ ਖਵਾਉਂਦੇ ਅੱਛਾ ਸਾਡੇ ਆ ਤਕਰੀਬਨ ਬੱਕਰੀਆਂ 20 ਨੇ ਨਾ ਇਹਨਾਂ ਨੂੰ ਕੋਈ ਸ਼ਾਇ ਨਹੀਂ ਪਾਈ ਦੀ ਸ਼ਾਮ ਨੂੰ ਬੱਕਰੇ ਨੇ 50 ਇਹਨਾਂ ਨੂੰ ਦਾਣੇ ਪਾਈਦੇ ਨੇ ਸ਼ਾਮ ਨੂੰ ਜਾ ਕੇ ਨਾ ਤਕਰੀਬਨ 50 ਬੱਕਰੇ ਨੇ ਨਾ ਤੇ ਇਹਨਾਂ ਦੇ ਅੱਗੇ ਕੋਈ 10 ਕਿਲੋ ਦਾਣੇ ਛੋਟ ਦੇ ਦੇ ਨੇ ਸੁੱਕੇ ਅੱਛਾ ਬੱਸ ਅੱਛਾ ਬशीर ਭਾਈ ਇਹ ਮੈਨੂੰ ਦੱਸੋ ਕਿ ਅਗਰ ਕੋਈ ਨਵਾਂ ਦੋਸਤ ਮਤਲਬ ਮੈਂ ਸ਼ਹਿਰ ਦਾ ਮੁੰਡਾ ਸ਼ਹਿਰੋਂ ਆਇਆ ਹਾਂ ਅਗਰ ਮੈਂ ਇਹ ਬਿਜ਼ਨਸ ਯਾ ਇਹ ਕਾਰੋਬਾਰ ਸ਼ੁਰੂ ਕਰਨਾ ਚਾਹਾਂ ਤਾਂ ਮੈਂ ਕਿਸ ਤਰ੍ਹਾਂ ਕਰਾਂ ਤੁਸੀਂ ਭਾਈ ਇਸ ਤਰ੍ਹਾਂ ਨਾ ਭਾਈ ਰਲੀਆਂ ਮਿਲੀਆਂ ਬੱਕਰੀਆਂ ਲਓ 30 35 35 ਹਜ਼ਾਰ ਦੀਆਂ ਮੰਡੀਆਂ ਤੋਂ ਨਾ ਭਾਈ ਢੇਰ ਮੰਗੀ ਹੋਵੇ ਨਾ ਢੇਰ ਸਸਤੀ ਹੋਵੇ ਤੁਸੀਂ ਬੱਕਰੀ ਲਓ ਬੱਚੇ ਵਾਲੀ ਅੱਛਾ ਉਹਦੇ ਠ ਬੱਚਾ ਹੋਵੇ ਜ਼ਰੂਰੀ ਹੋਵੇ ਠੀਕ ਹੈ ਪਠੋਰੀ ਇਹ ਪਠੋਰਾ ਜਾਂ ਦੋਵਾਂ ਵਾਲੀ ਮਿਲ ਜਾਂਦੀ ਲੈ ਲਓ ਠੀਕ ਹੈ ਉਹਨਾਂ ਦੇ ਤਕਰੀਬਨ ਨਾ ਕੋ 3 ਮਹੀਨੇ ਮਿਹਨਤ ਕਰੋ ਅੱਛਾ ਜਿਹੜੇ ਉਹਨਾਂ ਦੇ ਥੱਲੇ ਬੱਚੇ ਹੋਣੇ ਨੇ ਉਹ ਜਿਹੜੇ ਤੁਸੀਂ ਪੈਸੇ ਲੇਸੋ ਉਹ ਬੱਚੇ ਲਾ ਆ ਜਾਂਸਨ ਪੈਸੇ ਵੇਚ ਕੇ ਵੇਚ ਦਿਓ ਤੁਸੀਂ ਫਾਰੇ ਬੱਚੇ ਉਹਨਾਂ ਦੇ ਵੇਚ ਦਿਓ ਜਿਹੜਾ ਤੁਸੀਂ 2 ਲੱਖ ਜਾਂ 2.5 ਲੱਖ ਲੈਂਦੇ ਨੇ ਉਹ ਤੁਹਾਡਾ ਘਰ ਆ ਜਾ ਸੀ ਅੱਗੇ ਤੁਹਾਨੂੰ ਮੁਨਾਫਾ ਹੀ ਮੁਨਾਫਾ ਅੱਛਾ ਹਾਂਜੀ ਬੱਕਰੇ ਤੋਂ ਤੁਸੀਂ ਜਿਹੜੇ Eid ਤੇ ਵੇਚੋਗੇ ਹਾਂਜੀ ਤੇ ਜਿਹੜੀਆਂ ਬੱਕਰੀਆਂ ਉਹਨੂੰ ਕੀ ਕਰਦੇ ਹੋ ਉਹਨਾਂ ਦਾ ਵੇਚਣ ਦਾ ਕੀ ਤਰੀਕਾ ਕਰਦੇ ਹੋ ਉਹਨਾਂ ਕੋਲ ਫਾਇਦਾ ਕਿਵੇਂ ਹਾਸਲ ਕਰਦੇ ਹੋ ਉਹਨਾਂ ਕੋਲ ਫਾਇਦਾ ਹੀ ਹਾਸਲ ਕਰਨੇ ਉਹ ਦੇਂਦਿਆਂ ਨੇ ਬੱਚੇ 2 3 3 ਜਿਹੜੇ ਬੱਕਰੇ ਹੁੰਦੇ ਨੇ ਉਹ ਅਸੀਂ ਘਰ ਪਾਲ ਲੈਨੇ ਜਿਹੜੀਆਂ ਉਹਨਾਂ ਦੀਆਂ ਪੱਠਾ ਹੁੰਦੀਆਂ ਨੇ ਥੱਲੇ ਉਹ ਫਿਰ ਬੱਕਰੀਆਂ ਬਾਣ ਜਾਂਦੀਆਂ ਉਹ ਮਤਲਬ ਥੋੜਾ ਇਜੜ ਵੱਧ ਰਿਹਾ ਹੈ ਇਜੜ ਵੱਧ ਰਿਹਾ ਹੈ ਅੱਛਾ ਹਾਂਜੀ ਸਹੀ ਸਹੀ ਹ ਤੇ ਅਗਰ ਤੁਹਾਨੂੰ ਅਚਾਨਕ ਪੈਸੇ ਜ਼ਰੂਰਤ ਪੈ ਜਾਂਦੇ ਉਹਨਾਂ ਦਾ ਕੀ ਕਰਦੇ ਹੋ ਵਿੱਚੋਂ ਕਾਟਵਾੜ ਕਰ ਦਿੰਨੇ ਆ ਜਿਹੜੀਆਂ ਮਾੜੀਆਂ ਮੋਟੀਆਂ ਆਉਂਦੀਆਂ ਨੇ ਬਈ ਵੇਖਿਆ ਆਪਣੇ ਰੇਂਜ ਦੀਆਂ ਨਹੀਂ ਐਨ ਉਹ ਇਕੱਠੀ ਢੇਰੀ ਬਣਾ ਦਿੱਤੀ ਦਸਾਂ 15 ਦੀ ਕੱਲ ਮਸਲਾ ਉਹਨੂੰ ਦੋ ਕਣਾ ਜ਼ਮੀਨ ਲੈ ਲਈ ਕਨਾਲ ਲੈ ਲਈ 10 ਮਰਲੇ ਲੈ ਆਏ ਜਾਂ ਦੋ ਮਰਲੇ ਲੈ ਆ ਲੈਣ ਉਹ ਇਹਨਾਂ ਨਾਲ ਇਹਦਾ ਕਾਰਕ ਜਿਹੜੇ ਵਿੱਚੋਂ ਆਪਣੇ ਰੇਂਜ ਦੀਆਂ ਨਹੀਂ ਐਨ ਬਈ ਠੀਕ ਨਹੀਂ ਐਨ ਉਹਦੇ ਲੈਦਾ ਦੱਸਾਂ 15 ਦੀ ਡੇਰੀ ਬਣਾ ਕੇ ਉੱਥੇ ਵਪਾਰੀ ਨੂੰ ਵੇਚ ਦਿਆਂਗੇ ਪੈਸੇ ਨਕਦੀ ਤੇ ਉਧਰ ਦੇ ਦੇਣਗੇ ਮਤਲਬ ਇਹ ਬੱਕਰੀਆਂ ਨਹੀਂ ਹੈਗੀਆਂ ਇਹ ਤੁਹਾਡਾ ਏਟੀਐਮ ਕਾਰਡ ਹੈ ਏਟੀਐਮ ਕਾਰਡ ਜਦੋਂ ਤੁਹਾਨੂੰ ਪੈਸੇ ਚਾਹੀਦੇ ਹੈ ਇੱਕ ਬੱਕਰੀ ਚੱਕੀ ਵੇਚੀ ਹੋਏ ਪੈਸੇ ਕਢਵਾ ਲੈਣ ਚੱਕੀ ਨਹੀਂ ਵੇਚਣੀ ਇੱਥੇ ਹੀ ਆ ਜਾਸਣ ਬਪਾ ਅੱਛਾ ਵਪਾਰੀ ਸੁਰਕੁਲ ਆ ਜਾਂਦੇ ਨੇ ਹਾਂਜੀ ਅੱਛਾ ਭਾਈ ਬਸੀਰ ਅਹਿਮਦ ਅਗਰ ਕੋਈ ਇਹ ਹੁਣ ਮੈਂ ਥੋੜਾ ਇੰਟਰਵਿਊ YouTube ਤੇ ਦੇਵਾਂਗਾ ਅਪਲੋਡ ਕਰ ਦਾਂਗਾ ਹਾਂ ਅਗਰ ਕੋਈ ਦੋਸਤ ਹੋਣਾ ਰਾਪਤਾ ਕਰੇ ਬੱਕਰੀਆਂ ਖਰੀਦਣ ਵਾਸਤੇ ਕੋਈ ਮਸਲਾ ਨਹੀਂ ਬੱਕਰੇ ਖਰੀਦਣ ਵਾਸਤੇ ਆ ਕੇ ਆ ਕੇ ਤਾਂ ਕੋ ਦੇ ਦਿਸਾਂ ਆਪਾਂ ਕੋ ਪੰਜਾਬ ਬੱਕਰਾ ਕੁਰਬਾਨੀ ਵਾਲਾ ਹਾਂਜੀ ਬੱਕਰੀਆਂ ਨਹੀਂ ਤੇ ਉਹ ਕਿਹੜੇ ਬੱਕਰੇ ਆ ਜਰਾ ਦਿਖਾਓਗੇ ਬੱਕਰੇ ਆ ਸਾਰੇ ਬੱਕਰੇ ਹੀ ਨੇ ਤਕਰੀਬਨ ਆ ਵਿੱਚ ਬੱਕਰੇ ਨੇ ਮਤਲਬ ਦੁੰਦੇ ਚੋਗੇ ਚੋਗੇ ਨੇ ਦੁੰਦੇ ਦੁੰਦੇ ਜੀ ਚੋਕੇ ਨਹੀਂ ਅਜੇ ਤਾਈਂ ਦੁੰਦੇ ਨੇ ਦੁੰਦੇ ਨੇ ਸਾਰੇ ਹਾਂਜੀ ਇਹ ਤੇ ਅਸੀਂ ਤਕਰੀਬਨ ਪਿਛਲੀ ਵਾਰੀ ਦਾ ਤੁਹਾਨੂੰ ਦੱਸਨੇ ਆਂ ਜੀ 45 ਤੋਂ 50 55 ਦੀ ਰੇਂਜ ਇਹ ਵੇਚਦੇ ਰਹੇ ਆਂ ਸਾਰੇ ਸਾਰੇ ਜੀ ਨਫੀ ਬੱਕਰਾ 50 55 ਹਾਂ ਜੀ ਹਾਂ ਜੀ ਇੰਨੀ ਰੇਂਜ ਹੀ ਵੇਚਦੇ ਰਹੇ ਆਂ ਹਾਂ ਜੀ ਪਿਛਲੀ ਵਾਰੀ ਹੁਣ ਇਸ ਵਾਰੀ ਤਾਂ ਆਉਣ ਵਾਲਾ ਵਕਤ ਇਹਨਾਂ 6 ਮਹੀਨੇ ਬਾਅਦ ਉਹ ਤਾਂ ਵੇਖਾ ਜਾਈਂ ਅੱਗੇ ਜਾ ਕੇ ਨਹੀਂ ਤਾਂ ਮਤਲਬ ਮਹਿੰਗਾਈ ਵੀ ਜ਼ਿਆਦਾ ਹੈ ਨਾ ਹਾਂ ਜੀ ਹਾਂ ਜੀ Imran Khan ਦਾ ਦੌਰ ਤੁਸੀਂ ਮਹਿੰਗੇ ਵੇਚੋਗੇ ਹਾਂ ਜੀ ਹਾਂ ਜੀ ਇਤਕੀ ਮਹਿੰਗੇ ਵੇਚਾਂਗੇ ਇਨਸ਼ਾਅੱਲਾ ਸਹੀ ਤੁਸੀਂ ਆਖਿਆ ਕਿ ਤੁਸੀਂ ਪਿਓ ਦਾਦੇ ਤੋਂ ਇਹੀ ਕੰਮ ਕਰ ਰਹੇ ਹਾਂ ਮਤਲਬ ਤੁਹਾਡੇ ਵੱਡ ਵੀਰੇ ਇਹੀ ਕੰਮ ਕਰਦੇ ਰਹੇ ਆ ਤੇ ਇਹਦੇ ਚੋਂ ਮਤਲਬ ਅੱਛੀ ਰੋਜ਼ੀ ਕਮਾ ਰਹੇ ਹਾਂ ਹਾਂ ਅੱਛੀ ਰੋਜ਼ੀ ਕਮਾ ਰਹੇ ਹਾਂ ਸ਼ੁਕਰ ਹੈ ਉਹਦੀ ਜ਼ਾਤ ਦਾ ਕਿਸੇ ਕੋਲ ਮੰਗਣਾ ਨਹੀਂ ਅੱਜ ਤੱਕ ਪਿਆ ਕੋਈ ਜ਼ਮੀਨ ਹੀ ਬਣਾਈ ਐ ਨਾ ਚੂ ਘਰ ਬਾਹਰ ਹੀ ਬਣਾਇਆ ਨੇ ਡੰਗਾ ਡੁੰਗਰੀ ਬਣਾਇਆ ਨੇ ਸ਼ਾਦੀਆਂ ਸ਼ੋਹਦੀਆਂ ਕੀਤੀਆਂ ਨੇ ਕਮਰੇ ਕੁਮਰੇ ਹੀ ਪਾਏ ਨੇ ਸਾਬ ਇਹ ਨਹੀਂ ਚੂ ਕੀਤਾ ਹਾਂ ਤੇ ਅਗਰ ਕੋਈ ਬੰਦਾ ਸਿਰਫ ਬੱਕਰੇ ਪਾਲਣਾ ਚਾਹੇ ਮਿਸਾਲ ਹੈ ਅਗਰ ਮੈਂ 50 ਬੱਕਰੇ ਪਾਲਦਾ ਉਹਦਾ ਕਿਵੇਂ ਤਰੀਕੇ ਕਰਾ ਹੈ ਉਹ ਕਿਵੇਂ ਉਹਦੇ ਚ ਮੁਨਾਫਾ ਕਮਾ ਸਕਦਾ ਓ ਬਾਈ ਤੁਸੀਂ ਬੱਕਰੇ ਰੱਖਣੇ ਨੇ ਕੁਰਬਾਨੀ ਵਾਸਤੇ ਹਾਂ ਤੇ ਉਹ ਬੱਕਰੇ ਤੁਸੀਂ ਹੁਣ ਲੈਣੇ ਸ਼ੁਰੂ ਕਰ ਦਿਓ ਹੁਣ ਬੱਕਰਾ ਮਿਲਦਾ ਪਿਆ 13 ਤੋਂ 14 ਹਜ਼ਾਰ ਦਾ ਅਗਲੀ ਕੁਰਬਾਨੀ ਵਾਲਾ ਅਗਲੀ ਕੁਰਬਾਨੀ ਅਗਲੀ ਕੁਰਬਾਨੀ ਵਾਲਾ 12 ਦਾ 13 ਦਾ 10 ਦਾ ਲੈ ਤੇ ਛੱਡਦੇ ਆਓ 50 ਲੈਣਾ 50 ਲੈਣਾ 30 ਲੈਣਾ ਜਿੰਨਾ ਹੀ ਲੈਣਾ ਉਹ ਤੁਹਾਨੂੰ ਹੁਣ ਬਣਨੇ ਨੇ ਘੱਟ ਰੇਟ ਤੇ ਤੁਹਾਡੇ ਕੋਲ ਉਹ ਤਕਰੀਬਨ 4 ਮਹੀਨੇ ਆਏ ਹਨ ਤੇ ਸਾਲ ਅਗਲਾ ਹੈ ਉਹ ਲਾ ਲਓ ਤੁਹਾਡਾ ਬੱਕਰਾ 250 ਦਾ 45 ਦਾ 50 ਦਾ 45 ਦਾ ਉਹ ਤੁਸੀਂ ਆਪਣੀ ਸਾਰੀ ਬਚਤ ਕਰ ਲਈਏ 15000 ਦਾ ਬੱਕਰਾ ਮਿਸਾਲ ਹੈ ਹਾਂਜੀ 15000 ਤੇ ਪੂਰਾ ਸਾਲ ਉਹਨੂੰ ਸੰਭਾਲ ਲੈ ਸਾਲ ਉਹਨੂੰ ਸੰਭਾਲ ਲੈ ਉਹ ਫਿਰ ਚੰਗੇ ਭਲੇ ਤੋਂ ਤਕਰੀਬਨ 20-30000 ਤੋਂ ਖਾ ਜਾਏਗਾ 20 ਤੋਂ 25000 ਨਹੀਂ ਖਾਂਦਾ ਕਿਵੇਂ ਪਾਲ ਪਾਇ ਪਾਲੇ ਕਿ ਸਾਡੇ ਤਰ੍ਹਾਂ ਅਗਰ ਕਰ ਸੋਨਾ ਤੇ ਉਹਨੇ ਕੁਝ ਹੀ ਨਹੀਂ ਖਾਣਾ ਅੱਛਾ ਹੁਣ ਕਿਸੇ ਕੋਲ ਮੋਲੇ ਆ ਰਖੀ ਜਿਹਦੇ ਬੱਕਰੇ ਚਰਾ ਰਹੇ ਹੋ ਕਿਹੜੀ ਆਹ ਜਗਾ ਨਹੀਂ ਇਹ ਆਪਣੀ ਆ ਆਪਣੀ ਹੈ ਭਾਈ ਤੇ ਤੂੰ ਤੇਰੇ ਕੋਲ ਤਾਂ ਰਖਬਾ ਹੈ ਤੇ ਤੂੰ ਤਾਂ ਆਪਣਾ ਜਿਹੜਾ ਨਾ ਲੈ ਕੇ ਦੇਖੋ ਬੱਕਰੀਆਂ ਚਰਾ ਰਹੇ ਆ ਉਹ ਮੇਰੇ ਵਰਗਾ ਬੰਦਾ ਜਿਹਦੇ ਕੋਲ ਰਖਬਾ ਹੈ ਨਹੀਂ ਉਹ ਕਿਸ ਤਰ੍ਹਾਂ ਬੱਕਰੀਆਂ ਪਾਲੇ ਉਹ ਕਹਿੰਦਾ 15000 ਦੀ ਇੱਕ ਬੱਕਰਾ ਲੈ ਲਿਆ ਠੀਕ ਹੈ ਤੇ ਉਹਨੂੰ ਪੂਰਾ ਸਾਲ ਪਾਲਣਾ ਉਹ 15000 ਤਾਂ ਕਮ ਸੇ ਕਮ ਖਾਏਗਾ ਨਾ ਖਾਏਗਾ ਤੇ 30000 ਦਾ ਹੋ ਗਿਆ ਤੇ ਕਿੰਨੇ ਦਾ ਵਿਕੇਗਾ ਜਿਹੜੇ ਬੱਕਰੇ ਨੂੰ ਤੂੰ 15000 ਖਵਾਈ ਸੈਨਾ ਉਹ ਬੱਕਰਾ ਹੀ ਤੇਰਾ 60000 ਦਾ ਵਿਕਸੀ ਅੱਛਾ ਹਾਂ

और वो बकरा तीस पैंतीस हजार जो आपको पड़ रहा होगा वो तकरीबन साठ हजार की रेंज में बिकेगा ये भाई दावा कर रहे हैं और इनका दावा इनके एक्सपीरियंस की बेस पे है आ, नाम की है अपना भाई बशीर अहमद इलाके रहने वाले हो जी तेन सौ सताई डोग्रा है अच्छा ਤਹਿਸੀਲ ਬੂਰੇ ਵਾਲਾ ਜ਼ਿਲ੍ਹਾ ਵਿਹਾੜੀ ਅੱਛਾ ਇਹ ਬੂਰੇ ਵਾਲੇ ਦੇ ਨਾਲ ਹੀ ਹੈ ਤਕਰੀਬਨ 327 ਡੋਗਰਾਂ ਲਈ ਤਕਰੀਬਨ ਕੋਈ 5-6 ਕਿਲੋਮੀਟਰ ਦੇ ਅੱਛਾ ਤੁਸੀਂ ਆਪਣਾ ਨੰਬਰ ਵੀ ਦੱਸੋ ਅੱਛਾ ਬਸ਼ੀਰ ਭਾਈ ਇਹਨਾਂ ਨੂੰ ਕਿੱਥੇ ਰੱਖਿਆ ਹੋਇਆ ਤੁਸੀਂ ਘਰ ਘਰ ਰੱਖਿਆ ਹੋਇਆ ਜੀ ਇਹਨਾਂ ਦੇ ਰੱਖਣ ਦੀ ਕੋਈ ਜਗ੍ਹਾ ਵੀ ਬਣਾਈ ਹੈ ਦੋ ਵਾੜੇ ਬਣਾਏ ਹੋਏ ਨੇ ਇੱਕ ਵਾੜੇ ਰਾਤ ਨੂੰ ਬੱਕਰੇ ਵੱਖਰੇ ਅਲੱਗਾ ਕਰ ਦੇਈਦੇ ਨੇ ਤੇ ਬੱਕਰੀਆਂ ਤੇ ਬੇਡਾਂ ਅਲੱਗਾ ਕਰਦੇ ਰਾਤ ਨੂੰ ਬੱਕਰੇ ਤਾਂਗ ਨਾ ਕਰਨ ਬੱਕਰੀਆਂ ਨੂੰ ਅੱਛਾ ਹਾਂਜੀ ਦੇਖੇ ਨਾਜ਼ਰੀਨ ਇਹ ਇਹ ਬਸ਼ੀਰ ਭਾਈ ਨਹੀਂ ਬੋਲੇ ਬਲਕਿ ਇਹਨਾਂ ਦਾ ਐਕਸਪੀਰੀਅੰਸ ਬੋਲ ਰਿਹਾ ਹੈ तो मैं आपको ये बता रहा था कि जो प्रोफेशनल गोड फार्मिंग करते हैं वो डेली तकरीबन मिनिमम जो है सौ रुपया एक बकरी पे या एक बकरे पे ख़र्चा उनका तकरीबन हो जाता है तो यहाँ अगर आप विलेज लाइफ में या इस तरह देहाती माहौल में गोड फार्मिंग करते हैं तो ये आपको तकरीबन पंद्रह से बीस या मैक्सिमम आप कहते हैं तो पच्चीस से तीस रुपये एक जानवर का खर्चा बनता है और बकरियाँ भी माशाल्लाह बिल्कुल सेहतमंद है ये बकरियाँ आराम साहब ज़्यादा दिखाइएगा प्लीज़ ये बकरियों पर नजर डालें मैंने बहुत सारे गोट फार्म का विजिट किया है मेरी वीडियोज बहुत सारी गोड फार्म बनी हुई हैं लेकिन मेरे हिसाब से ये जो चराई वाली बकरियाँ हैं ये जो बकरियाँ आपको नज़र आ रही हैं ये बकरियाँ जो प्रोफेशनल गोड फार्म की बकरियाँ होती हैं उनसे बाहर हैं जो बकरियाँ दूध देने वाली हैं ये दिखाइएगा नीचे जो बकरियाँ दूध देने वाली हैं उनका दूध भी आप चेक करें माशाला तो बकरियाँ माशा इस तरह जो है ना बड़ी सेहतमंद नज़र आ रही हैं मुझे लगता है कि प्रोफेशनल गोड़ फार्म से इस तरह की जो देहाती लेवल की जो गोड़ फार्मिंग है ये ज़्यादा फ़ायदेमंद और बेनिफिटेड है तो ये थी दोस्तों आज की वीडियो उम्मीद करता हूँ आज की वीडियो आप दोस्तों को पसंद आई होगी वीडियो अच्छी लगे तो लाइक और शेयर कीजिएगा ताकि ये जो आज बशीर भाई के एक्सपीरियंस की चंद बातें हुई हैं इससे दोस्त फ़ायदा हासिल कर सकें तो मिलते हैं नेक्स्ट वीडियो में तब तक के लिए इजाजत दें अल्लाह हाफिज़ पाकिस्तान जिंदाबाद